ਦੇਸ ਵਿਦੇਸ਼ਨ ਮੈਂ ਵਿਦ ਧਏ ਸਰਬੋਤਮ ਕੇ ਤਖਤ ਵਿਰਾਜੇ, ਭਾਵ ਜੋ ਸਾਰੀ ਸ੍ਰਿਸ਼ਟੀ ਤੋਂ ਵੱਡਾ ਤਖਤ ਹੈ, ਸਰਬੋਤਮ ਸ੍ਰੇਸ਼ਟ ਸਾਰੀ ਦੁਨੀਆਂ ਤੋਂ ਜੋ ਵੱਡਾ ਤਖਤ ਹੈ, ਭਾਵ ਗੁਰੂ ਨਾਨਕ ਦੇ ਘਰ ਦੀ ਗੱਦੀ ਵਾਲਾ ਤਖਤ, ਉੱਥੇ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਸ ਤਖਤ 'ਤੇ ਬਿਰਾਜਮਾਨ ਹੋ ਗਏ ਨੇ। ਸਰਬੋਤਮ ਕੇ ਤਖਤ ਵਿਰਾਜੇ ਜਿਨ ਦਰਸ਼ਨ ਤੇ ਸੰਕਟ ਭਾਜੇ, ਜਿਹੜਾ ਵੀ ਦਰਸ਼ਨ ਕਰਦਾ ਹੈ ਬਾਲਾ ਪ੍ਰੀਤਮ ਜੀ ਦੇ, ਉਹਦੇ ਦੁੱਖ ਸੰਕਟ ਸਾਰੇ ਦੂਰ ਭੱਜ ਜਾਂਦੇ ਨੇ। ਗੱਜ ਕੇ ਆਖੋ ਸਤਨਾਮ, ਉਹਦੇ ਕਸ਼ਟ ਉਹਦੇ ਦੁੱਖ ਉਹਦੇ ਸੰਕਟ ਦੂਰ ਭੱਜ ਜਾਂਦੇ ਨੇ। ਸਰਬੋਤਮ ਕੇ ਤਖਤ ਵਿਰਾਜੇ ਜਿਨ ਦਰਸ਼ਨ ਤੇ ਸੰਕਟ ਭਾਜੇ, ਇੱਧਰ ਜਦੋਂ ਬਾਲਾ ਪ੍ਰੀਤਮ ਜੀ ਅੱਠਵੇਂ ਪਾਤਸ਼ਾਹ ਬਣ ਗਏ, ਕੁਝ ਦਿਨਾਂ ਬਾਅਦ ਗੁਰੂ ਹਰਿ ਸਾਹਿਬ ਜੀ ਜੋਤੀ ਜੋਤ ਸਮਾ ਗਏ, ਸੰਗਤਾਂ ਨੂੰ ਪਤਾ ਲੱਗਾ ਸਵਾ ਕੁ ਪੰਜ ਸਾਲ ਦੀ ਉਮਰ ਹੈ ਲਗਭਗ ਬਾਲਾ ਪ੍ਰੀਤਮ ਜੀ ਦੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇ ਘਰ ਦੇ ਮਾਲਕ ਬਣੇ ਨੇ, ਦੂਰੋਂ ਦੂਰੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਦੂਰੋਂ ਦੂਰੋਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਨੇ, ਲੰਮੇ ਦੇਸ਼ ਤੋਂ ਵੀ ਗੁਰਮੁਖੋ ਸੰਗਤ ਆਈ, ਲੰਮੇ ਦੇਸ਼ ਤੋਂ ਸੰਗਤ ਆ ਰਹੀ ਹੈ। ਤੇ ਇਹਨਾਂ ਦੇ ਵਿੱਚ ਨਾ ਇੱਕ ਚੋਰ ਰਲ ਗਿਆ ਸੰਗਤ ਵਿੱਚ, ਨਾਮ ਆਇਆ ਜਸਵੰਤ ਰਾਏ। ਉਹ ਕਹਿੰਦਾ ਪਤਾ ਲੱਗਾ ਬੜੀਆਂ ਹੀ ਸੰਗਤਾਂ ਜਾਂਦੀਆਂ ਨੇ ਗੁਰੂ ਦਰਬਾਰ ਦੇ ਵਿੱਚ ਕੀਰਤਪੁਰ ਸਾਹਿਬ, ਬਹੁਤ ਸੰਗਤਾਂ ਜਾਂਦੀਆਂ ਨੇ, ਹੁਣ ਜਾ ਕੇ ਮੈਂ ਸੰਗਤਾਂ 'ਚ ਚੋਰੀ ਕਰਾਂਗਾ, ਮੈਂ ਜਲਦੀ ਸ਼ਾਹੂਕਾਰ ਬਣ ਜਾਵਾਂਗਾ। ਇਹ ਸੰਗਤਾਂ ਦੇ ਵਿੱਚ ਰਲ ਗਿਆ ਜੀ, ਸੰਗਤਾਂ ਦੇ ਨਾਲ ਪਹੁੰਚਿਆ ਕੀਰਤਪੁਰ ਸਾਹਿਬ। ਸਵੇਰੇ ਸ਼ਾਮ ਕੀਰਤਨ ਹੁੰਦਾ ਹੈ, ਦੀਵਾਨ ਲੱਗਦੇ ਨੇ। ਜਸਵੰਤ ਰਾਏ ਨਾ ਉਸ ਸਮੇਂ ਚੋਰੀਆਂ ਕਰਦਾ ਜੀ, ਸੰਗਤਾਂ ਦੀਆਂ ਗੱਠੜੀਆਂ ਖੋਲਦਾ, ਵਿੱਚੋਂ ਮਾਇਆ ਕੱਢ ਲੈਂਦਾ ਹੈ, ਹੋਰ ਕੀਮਤੀਆਂ ਚੀਜ਼ਾਂ ਕਰਦਾ ਹੈ। ਇੱਕ ਦੋ ਦਿਨਾਂ ਬਾਅਦ ਸੰਗਤਾਂ ਦੇ ਵਿੱਚ ਨਾ ਆਪਸੀ ਵਿਚਾਰ ਹੋਣੀ ਸ਼ੁਰੂ ਹੋ ਗਈ, ਕਹਿੰਦੇ ਲੱਗਦਾ ਕੋਈ ਸਾਡੀਆਂ ਗੱਠੜੀਆਂ ਬੋਲਦਾ, ਗੱਠੜੀਆਂ 'ਚੋਂ ਮਾਇਆ ਵੀ ਨਿਕਲੀ ਹੁੰਦੀ ਹੈ, ਗੱਠੜੀਆਂ ਖੁੱਲੀਆਂ ਵੀ ਹੁੰਦੀਆਂ ਨੇ। ਸੰਗਤ 'ਤੇ ਚਰਚਾ ਹੋਣੀ ਸ਼ੁਰੂ ਹੋ ਗਈ ਸੰਗਤ ਵਿੱਚ, ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਲੱਗੇ। ਇਸੇ ਤਰ੍ਹਾਂ ਸੰਗਤ ਬੈਠੀ ਹੋਈ ਸੰਗਤ ਜੀ, ਤੇ ਕਹਿੰਦੇ ਜਸਵੰਤ ਰਾਏ ਕਹਿੰਦੇ ਚਲੋ ਮੈਂ ਵੀ ਜਾ ਕੇ ਗੁਰੂ ਜੀ ਨੂੰ ਨਮਸਕਾਰ ਕਰਾਵਾਂ, ਮੇਰੇ 'ਤੇ ਸ਼ੱਕ ਨਾ ਕਿਸੇ ਨੂੰ ਪਵੇ, ਹੁੰਦੇ ਆਉਂਦੇ ਮੈਂ ਵੀ ਜਾ ਕੇ ਦਰਸ਼ਨ ਕਰਾਵਾਂ, ਮੇਰੇ 'ਤੇ ਸ਼ੱਕ ਨਾ ਕਿਸੇ ਨੂੰ ਪਵੇ। ਇਹ ਜਸਵੰਤ ਰਾਏ ਨੇ ਜਦੋਂ ਜਾ ਕੇ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਾਲਾ ਪ੍ਰੀਤਮ ਜੀ ਨੂੰ ਜਾ ਕੇ ਨਮਸਕਾਰ ਕੀਤੀ ਜਿਸ ਵੇਲੇ ਨਾ, ਤੇ ਸਤਿਗੁਰੂ ਇਹਦੇ ਵੱਲ ਵੇਖ ਕੇ ਨਾ ਮੁਸਕਰਾ ਪਏ, ਬਾਲਾ ਪ੍ਰੀਤਮ ਜੀ ਇਹਦੇ ਵੱਲ ਵੇਖ ਕੇ ਮੁਸਕਰਾ ਪਏ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮੁੱਖ ਤੋਂ ਪਤਾ ਕੀ ਕਹਿੰਦੇ, ਕਹਿੰਦੇ ਉਹ ਜਸਵੰਤ ਰਾਏ ਤੂੰ ਗੁਰੂ ਨਾਨਕ ਦੀ ਗੁਰਬਾਣੀ ਦੀਆਂ ਇਹ ਪੰਕਤੀਆਂ ਪੜ੍ਹੀਆਂ ਜਾਂ ਸੁਣੀਆਂ ਕਦੀ? ਕਹਿੰਦਾ ਮਹਾਰਾਜ ਕਿਹੜੀਆਂ, ਹੱਥ ਜੋੜਦੇ, ਮਹਾਰਾਜ ਕਿਹੜੀਆਂ? ਮਹਾਰਾਜ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕਹਿੰਦੇ ਤੈਨੂੰ ਪਤਾ ਚੋਰ ਦੀ ਹਾਮੀ ਕੋਈ ਨਹੀਂ ਭਰਦਾ। ਕਹਿੰਦੇ ਜਦੋਂ ਮਹਾਰਾਜ ਨੇ ਪੰਕਤੀ ਉਚਾਰਨ ਕੀਤੀ, ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਏ, ਉੱਚੀ ਉੱਚੀ ਰੋਣ ਲੱਗ ਪਿਆ, ਮਹਾਰਾਜ ਭੁੱਲਾਂ ਬਖਸ਼ ਲਿਓ, ਹੇ ਬਾਲਾ ਪ੍ਰੀਤਮ ਜੀ ਮੇਰੇ ਭੁੱਲਾਂ ਬਖਸ਼ ਲਿਓ। ਤੇ ਮੇਰੇ ਪਾਤਸ਼ਾਹ ਬੜੇ ਸਹਿਜ ਵਿੱਚ ਆਖਣਗੇ, ਕਹਿੰਦੇ ਉਹ ਜਸਵੰਤ ਰਾਏ ਇੱਕ ਗੱਲ ਦੱਸ,
ਜਦੋਂ ਜੰਗਲ ਵਿੱਚ ਅੱਗ ਲੱਗ ਜਾਵੇ ਲੋਕ ਨਦੀ ਵੱਲ ਜਾਂਦੇ ਨੇ। ਉਹ ਜਸਵੰਤ ਰਾਏ ਤੂੰ ਇਹ ਗੱਲ ਦੱਸ, ਜਦੋਂ ਨਦੀ ਨੂੰ ਅੱਗ ਲੱਗ ਜਾਵੇ ਲੋਕ ਵਿਚਾਰੇ ਕਿੱਥੇ ਜਾਣ? ਜੰਗਲ ਵਿੱਚ ਅੱਗ ਲੱਗ ਜਾਵੇ ਲੋਕ ਨਦੀ ਵੱਲ ਭੱਜਦੇ ਨੇ, ਪਰ ਜਿਸ ਵੇਲੇ ਨਦੀ 'ਚ ਅੱਗ ਲੱਗ ਜਾਵੇ ਲੋਕ ਕਿੱਥੇ ਜਾਣ? ਉਹ ਜਸਵੰਤ ਰਾਏ, ਜੇ ਦੁਨੀਆਂ ਵਿੱਚ ਕੋਈ ਅੱਤਿਆਚਾਰ ਕਰੇ ਨਾ ਲੋਕ ਰਾਜੇ ਕੋਲ ਜਾਂਦੇ ਨੇ, ਪਰ ਜੇ ਰਾਜਾ ਹੀ ਅੱਤਿਆਚਾਰੀ ਹੋ ਜਾਵੇ ਲੋਕ ਕਿੱਥੇ ਜਾਣ? ਗੱਜ ਕੇ ਆਖੋ ਸਤਨਾਮ। ਉਹ ਜਸਵੰਤ ਰਾਏ, ਦੁਨੀਆਂ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਸੰਗਤ ਵਿੱਚ ਆਉਂਦੀ ਹੈ, ਸੰਸਾਰ ਦੇ ਲੋਕ ਆਪਣੇ ਗੁਨਾਹ ਬਖਸ਼ਾਉਣ ਵਾਸਤੇ ਸੰਗਤ ਵਿੱਚ ਆਉਂਦੇ ਨੇ, ਪਰ ਤੂੰ ਸੰਗਤ ਵਿੱਚ ਆ ਕੇ ਚੋੜੀਆਂ ਕਰਦਾ ਤੂੰ ਕਿੱਥੇ ਬਖਸ਼ਿਆ ਜਾਏਗਾ? ਗੱਜ ਕੇ ਆਖੋ ਸਤਨਾਮ। ਇਹ ਰੋਈ ਜਾਵੇ, ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਲਿਓ, ਹੇ ਬਾਲਾ ਪ੍ਰੀਤਮ ਜੀ ਮੈਂ ਭੁੱਲਣ ਹਾਰ, ਮੈਨੂੰ ਬਖਸ਼ ਲਿਓ, ਮੈਨੂੰ ਬਖਸ਼ ਲਿਓ। ਸਤਿਗੁਰ ਦੇ ਚਰਨ ਫੜਦੇ ਨੇ, ਮਹਾਰਾਜ ਆ ਗਏ ਮੌਜ ਦੇ ਵਿੱਚ। ਸਤਿਗੁਰੂ ਆਪਣੇ ਹੱਥਾਂ ਦੇ ਵਿੱਚ ਨਾ ਛੋਟੀ ਜਿਹੀ ਛੜੀ ਰੱਖਿਆ ਕਰਦੇ ਸਨ, ਫੁੱਲਾਂ ਵਾਲੀ ਛੜੀ। ਸਤਿਗੁਰੂ ਜੀ ਨੇ ਉਹ ਛੜੀ ਅਜੇ ਸਿਰ ਤੇ ਰੱਖੀ, ਕਹਿੰਦੇ ਜਸਵੰਤ ਰਾਏ ਸੰਗਤ ਇਹ ਪ੍ਰਣ ਕਰ ਅੱਜ ਤੋਂ ਬਾਅਦ ਚੋੜੀਆਂ ਨਹੀਂ ਕਰੇਗਾ। ਮਹਾਰਾਜ ਜਿਵੇਂ ਆਪ ਜੀ ਆਖੋਗੇ, ਮੇਰੀਆਂ ਭੁੱਲਾਂ ਬਖਸ਼ ਲਿਓ। ਜਦੋਂ ਛੜੀ ਰੱਖੀ ਗੁਰਮੁਖੋ, ਇਹਦੇ ਅੰਦਰ ਜਿਵੇਂ ਚਾਨਣ ਹੋ ਜਾਂਦਾ ਹੈ, ਇਹਦਾ ਸਰੀਰ ਇਕਦਮ ਹੌਲਾ ਹੋ ਗਿਆ, ਜਿਵੇਂ ਪਾਪਾਂ ਤੋਂ ਗੁਰਮੁਖੋ ਪਾਪਾਂ ਦਾ ਜੋ ਬੋਝ ਪਿਆ ਸੀ ਨਾ, ਪਾਪਾਂ ਦਾ ਭਾਰ ਸੀ, ਇਕਦਮ ਲੱਥ ਜਾਂਦਾ, ਜਿਵੇਂ ਇਹਦਾ ਸਰੀਰ ਹੌਲਾ ਹੋ ਗਿਆ। ਇਹ ਹੱਥ ਜੋੜ ਕੇ ਪਤਾ ਕੀ ਕਹਿੰਦਾ ਜਸਵੰਤ ਰਾਏ, ਦੋਵੇਂ ਹੱਥ ਜੋੜ ਲਏ, ਇਹਨੇ ਕੀ ਬੇਨਤੀਆਂ ਕੀਤੀਆਂ? ਦਾਦਾ ਚੇਤਾ ਤੁਸੀਂ ਵੀ ਸਤਿਗੁਰ ਦੇ ਚਰਨਾਂ 'ਚ ਬੇਨਤੀਆਂ ਕਰੋ। ਅੱਜ ਵੀ ਸਤਿਗੁਰੂ ਸ਼ਬਦ ਰੂਪ ਵਿੱਚ ਚੌਂਕੜਾ ਮਾਰ ਕੇ ਬੈਠੇ ਨੇ, ਸਾਰੀ ਸੰਗਤ ਜੀ ਹੱਥ ਜੋੜ ਕੇ ਨਾਲ ਨਾਲ ਇਹ ਬੇਨਤੀਆਂ ਕਰੋ। ਜਸਵੰਤ ਰਾਏ ਨੇ ਬਾਲਾ ਪ੍ਰੀਤਮ ਦੇ ਚਰਨਾਂ 'ਚ ਕੀ ਬੇਨਤੀਆਂ ਕੀਤੀਆਂ? ਕੀ ਕਹਿੰਦਾ ਜਸਵੰਤ ਰਾਏ ਹੱਥ ਜੋੜ ਕੇ? ਜੈਸਾ ਬਾਲਕ ਭਾਏ ਸੁਭਾਏ, ਜੈਸਾ ਬਾਲਕ ਭਾਏ ਸੁਭਾਏ, ਜੈਸਾ ਬਾਲਕ। ਜੈਸਾ ਬਾਲਕ ਭਾਏ ਸੁਭਾਏ, ਜੈਸਾ ਬਾਲਕ ਭਾਏ ਸੁਭਾਏ। ਲੱਖ ਅਪਰਾਧ ਕਮਾਵੇ, ਲੱਖ ਅਪਰਾਧ ਕਮਾਵੇ। ਲੱਖ ਅਪਰਾਧ ਕਮਾਵੇ, ਲੱਖ ਅਪਰਾਧ ਕਮਾਵੇ। ਕਰ ਉਪਦੇਸ਼ ਚਿੜ ਕੇ ਬਹੁ ਪਾਤੀ, ਕਰ ਉਪਦੇਸ਼ ਚਿੜ ਕੇ ਬਹੁ ਪਾਤੀ। ਕਰ ਉਪਦੇਸ਼ ਚਿਰ ਕੇ ਬਹੁ ਪਾਤੀ, ਕਰ ਉਪਦੇਸ਼ ਚਿਰ ਕੇ ਬਹੁ ਪਾਤੀ, ਕਰ ਉਪਦੇਸ਼ ਚਿਰ ਕੇ। ਬਹੁਰ ਪਿਤਾ ਗੱਲ ਲਾਵੇ, ਬਹੁਰ ਪਿਤਾ ਗੱਲ ਲਾਵੇ। ਬਹੁਰ ਪਿਤਾ ਗੱਲ ਲਾਵੇ, ਬਹੁਰ ਪਿਤਾ ਗੱਲ ਲਾਵੇ। ਜੈਸਾ ਬਾਲਕ ਭਾਏ ਸੁਭਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁਰ ਪਿਤਾ ਗੱਲ ਲਾਵੇ। ਸਤਿਗੁਰ ਨੇ ਇਹਦੀਆਂ ਭੁੱਲਾਂ ਬਖਸ਼ੀਆਂ। ਇਹ ਜਸਵੰਤ ਰਾਏ ਵੀ ਗੁਰਮੁਖ ਹੋਣਾ, ਚੋਰ ਤੋਂ ਗੁਰਮੁਖ ਬਣ ਗਿਆ। ਕਿਉਂ? ਸਤਿਗੁਰ ਦੀ ਨਦਰ ਹੋ ਗਈ, ਸਤਿਗੁਰ ਦੀ ਰਹਿਮਤ ਹੋ ਗਈ। ਇੰਨੇ ਦਿਨੀ ਗੁਰਮੁਖੋ ਇੱਕ ਜੁਆਰੀ ਹੋਇਆ ਗੇਂਦਾ ਮੱਲ,
ਬਹੁਤ ਵੱਡਾ ਜਵਾਰੀ ਹੋਇਆ ਉਹ ਦਿਨਾਂ ਦੇ ਵਿੱਚ। ਉਹ ਵੀ ਸੋਚਦਾ ਉਹ ਕਹਿੰਦਾ ਗੁਰੂ ਦੇ ਦਰ ਤੇ ਬੜੀਆਂ ਹੀ ਸੰਗਤਾਂ ਆਉਂਦੀਆਂ ਨੇ, ਅਥਾਹਾਂ ਸੰਗਤਾਂ ਆਉਂਦੀਆਂ ਨੇ, ਸੁਣਿਆ ਬੜਾ ਇਕੱਠ ਹੁੰਦਾ ਹੈ ਬਾਲਾ ਪ੍ਰੀਤਮ ਦੇ ਚਰਨਾਂ ਦੇ ਵਿੱਚ। ਕਹਿੰਦਾ ਸੰਗਤ ਭੋਲੀ ਹੁੰਦੀ ਹੈ, ਕਿਉਂ ਨਾ ਹੋਵੇ, ਮੈਂ ਵੀ ਕੀਰਤਪੁਰ ਜਾਵਾਂ, ਸੰਗਤਾਂ ਭੋਲੀਆਂ ਹੁੰਦੀਆਂ ਨੇ, ਉੱਥੇ ਜਾ ਕੇ ਸੰਗਤਾਂ ਦੇ ਪਹਿਲਾਂ ਸੰਗਤਾਂ ਨਾਲ ਉੱਦਾਂ ਜੂਆ ਖੇਡਾਂ ਮੈਂ ਪਹਿਲਾਂ, ਜਦੋਂ ਆਦਤ ਸੰਗਤਾਂ ਨੂੰ ਪੈ ਜਾਵੇ ਜੂਆ ਖੇਡਣ ਦੀ, ਇਹ ਜੁਆਰੀ ਸੀ, ਫਿਰ ਸੰਗਤਾਂ ਨਾਲ ਮੈਂ ਜੂਆ ਖੇਡਾਂਗਾ, ਦੂਜੀ ਸੰਗਤਾਂ ਕੋਲ ਮਾਇਆ ਹੋਵੇਗੀ, ਮੈਂ ਉਹ ਜੂਏ 'ਚ ਜਿੱਤ ਲਵਾਂਗਾ, ਉਹ ਸੰਗਤਾਂ ਭੋਲੀਆਂ ਹੁੰਦੀਆਂ ਨੇ, ਅਤੇ ਮੈਂ ਵੀ ਸ਼ਾਹੂਕਾਰ ਬਣ ਜਾਵਾਂਗਾ। ਇਹ ਕਹਿੰਦਾ ਮਲ ਜੁਆਰੀ, ਇਹ ਕੀਰਤਪੁਰ ਆ ਗਿਆ ਜੀ। ਹੁਣ ਮੌਕਾ ਵੇਖਦਾ ਪਿਆ ਕਿ ਮੈਂ ਸੰਗਤਾਂ ਦੇ ਨਾਲ ਜੂਆ ਖੇਡਾਂ, ਅਤੇ ਸ਼ਾਮ ਦੇ ਦੀਵਾਨ ਲੱਗੇ ਹੋਏ ਨੇ ਸਤਿਗੁਰੂ ਜੀ ਦੇ, ਸੰਗਤਾਂ ਆ ਕੇ ਨਮਸਕਾਰ ਕਰਦੀਆਂ ਪਈਆਂ ਨੇ, ਇਹ ਪਿੱਛੇ ਬੈਠ ਗਿਆ ਜੀ, ਇਹ ਪਿੱਛੇ ਬੈਠ ਗਿਆ, ਸੰਗਤਾਂ ਆ ਕੇ ਨਮਸਕਾਰ ਕਰਦੀਆਂ ਪਈਆਂ ਨੇ, ਅਤੇ ਇਹਦਾ ਜਿੱਦ ਕਿਤੇ ਕਿਤੇ ਮੈਂ ਵੀ ਜਾ ਕੇ ਨਮਸਕਾਰ ਕਰ ਲਵਾਂ ਗੁਰੂ ਜੀ ਨੂੰ। ਇਹ ਆਇਆ ਜੀ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਜਦੋਂ ਨਮਸਕਾਰ ਕੀਤੀ ਨਾ, ਮਹਾਰਾਜ ਅਜੇ ਵੱਲ ਵੇਖ ਕੇ ਪਤਾ ਕੀ ਕਹਿੰਦੇ, ਕਹਿੰਦੇ ਉਹ ਗੇਂਦਾ ਮੱਲ ਹਾਂ ਮਹਾਰਾਜ, ਕਹਿੰਦੇ ਗੇਂਦਾ ਮੱਲ ਸੀਸ ਨਵਾਈਏ ਕਿਆ ਕੀਏ, ਜੁੜਦੇ ਕੁਸੁੱਤੇ ਜਾਹੇ, ਉਹ ਗੇਂਦਾ ਮੱਲ ਸੀਸ ਨਵਾਈਏ ਕਿਆ ਕੀਏ, ਜੁੜਦੇ ਕੁਸੁੱਤੇ ਜਾਏ, ਉਹ ਤੇਰੇ ਮਨ ਦੇ ਵਿੱਚ ਕਪਟ ਹੈ, ਇੱਥੇ ਆ ਕੇ ਸੀਸ ਨਵਾਉਣਾ ਪਿਆ, ਤੂੰ ਕਹਿੰਦਾ ਸੰਗਤਾਂ ਨੂੰ ਮੈਂ ਜੂਏ ਦੀ ਆਦਤ ਪਾ ਦੇਵਾਂ, ਸੰਗਤਾਂ ਨੂੰ ਜੂਏ ਦੀ ਆਦਤ ਪਾ ਦੇਵਾਂ, ਤੇ ਕਹਿੰਦੇ ਚਰਨਾਂ ਟੇਕ ਪਿਆ, ਮਹਾਰਾਜ ਭੁੱਲਾਂ ਬਖਸ਼ ਲਿਓ ਮੇਰੀ, ਮਹਾਰਾਜ ਭੁੱਲਾਂ ਬਖਸ਼ ਲਿਓ। ਕਹਿੰਦੇ ਇਹ ਭਾਵਨਾ ਦੇ ਨਾਲ ਸੰਗਤ 'ਚ ਆਇਆ ਕਿ ਸੰਗਤ ਨਾਲ ਜੂਆ ਖੇਡਾਂਗਾ, ਸੰਗਤ ਭੋਲੀ ਹੁੰਦੀ ਹੈ ਅਤੇ ਮੈਂ ਜੂਏ 'ਚ ਜਿੱਤ ਕੇ ਸ਼ਾਹੂਕਾਰ ਬਣ ਜਾਵਾਂਗਾ, ਮਹਾਰਾਜ ਭੁੱਲਾਂ ਬਖਸ਼ ਲਿਓ। ਮਹਾਰਾਜ ਇਹਦੇ ਸਿਰ 'ਤੇ ਵੀ ਛੜੀ ਰੱਖੀ ਹੋਵੇ, ਗੱਲ ਛੜੀ ਦੀ ਨਹੀਂ ਹੁੰਦੀ ਗੁਰਮੁਖ, ਗੱਲ ਗੁਰੂ ਦੀ ਨਜ਼ਰ ਦੀ ਹੁੰਦੀ ਹੈ, ਨਜ਼ਰ ਕਿਤੇ ਠੱਗ 'ਤੇ ਹੋ ਜਾਵੇ ਠੱਗ ਵੀ ਸੰਤ ਬਣ ਜਾਂਦਾ ਹੈ, ਨਜ਼ਰ ਚੋਰ 'ਤੇ ਹੋ ਜਾਵੇ ਚੋਰ ਵੀ ਗੁਰਸਿੱਖ ਬਣ ਜਾਂਦਾ ਹੈ। ਅੱਜ ਉਹ ਨਜ਼ਰ ਸਤਿਗੁਰ ਨੇ ਗੇਂਦਾ ਮੱਲ 'ਤੇ ਕੀਤੀ, ਮਹਾਰਾਜ ਮੈਨੂੰ ਕੀ ਹੁਕਮ, ਹੁਣ ਭੁੱਲਾਂ ਬਖਸ਼ੋ ਮੇਰੀ, ਮੈਨੂੰ ਕੀ ਹੁਕਮ ਆ, ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੋਂ ਸ਼ਬਦ ਦੀ ਕਮਾਈ ਕਰਨੀ, ਸ਼ਬਦ ਦੀ ਹੁਣ ਧਿਆਨ ਦਿਓ, ਸ਼ਬਦ ਦੀ ਕਮਾਈ ਕਰਨੀ, ਮਹਾਰਾਜ ਕਿਹੜੇ ਸ਼ਬਦ ਦੀ ਕਮਾਈ, ਮੈਂ ਕਦੀ ਸ਼ਬਦ ਪੜ੍ਹਿਆ ਨਹੀਂ ਕੋਈ, ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ, ਤਾਂ ਉਸ ਵੇਲੇ ਏਦਾਂ ਸੰਗਤ ਬੈਠੀ ਹੋਈ, ਮਹਾਰਾਜ ਸੰਗਤ ਨੂੰ ਸੰਗਤ ਦੀ ਚੌਂਕੜੇ ਮਾਰ ਲਓ, ਤੇ ਗੇਂਦਾ ਮੱਲ ਅੱਗੇ, ਮਹਾਰਾਜ ਕਹਿੰਦੇ ਗੇਂਦਾ ਮੱਲ ਤੂੰ ਇੱਥੇ ਚੌਂਕੜਾ ਮਾਰ ਲੈ, ਕੀ ਕਹਿੰਦਾ, ਕਹਿੰਦੇ ਮਹਾਰਾਜ ਸ਼ਬਦ ਦੀ ਕਮਾਈ ਕਿਵੇਂ ਕਰਨੀ, ਕਿਹੜੇ ਸ਼ਬਦ ਦੀ ਕਮਾਈ ਕਰਨੀ ਹੈ, ਮਹਾਰਾਜ ਕਹਿੰਦੇ ਇਹ ਸ਼ਬਦ ਦੀ ਕਮਾਈ ਕਰਨੀ ਤੇ ਇੱਦਾਂ ਕਰਨੀ, ਕਿੱਦਾਂ ਮਹਾਰਾਜ, ਵਾਹਿਗੁਰੂ 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 ਸਾਰੇ ਗੁਰਮੁਖ ਵੀ ਸਤਿਗੁਰੂ ਬਾਲਾ ਪ੍ਰੀਤਮ ਜੀ ਆਖਣ ਲੱਗੇ, ਕਹਿੰਦੇ ਉਹ ਗੇਂਦਾ ਮੱਲ ਅੱਜ ਤੋਂ ਬਾਅਦ ਸ਼ਬਦ ਦੀ ਕਮਾਈ ਕਰਨੀ ਹੈ ਤੇ ਇੱਕ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ, ਇਹ ਧਿਆਨ ਦਿਓ, ਭਾਵ ਗੁਰਮੁਖਾਂ ਦੀ ਸੰਗਤ ਕਰਨੀ ਹੈ, ਉਹ ਸੰਗਤ ਸਦਕੇ ਹੀ ਤੇਰੇ ਅੰਦਰ ਉਹ ਰੰਗ ਲੱਗੇਗਾ। ਇਹ ਗੁਰਮੁਖ ਫਿਰ ਕਿੱਥੇ ਗਿਆ, ਗੁਰੂ ਜੀ ਕੋਲ ਆਗਿਆ ਲੈ ਕੇ ਕਾਬਲ ਚਲਾ ਗਿਆ, ਉੱਥੇ ਬਹੁਤ ਸੰਗਤਾਂ ਦਾ ਪਿਆਰ ਸੀ, ਗੁਰਮੁਖ ਜੁੜੀਆਂ ਹੋਈਆਂ ਸੰਗਤਾਂ ਸਨ ਕਾਬਲ, ਉੱਥੇ ਜਾ ਕੇ ਫਿਰ ਇਹਨੇ ਆਪਣੀ ਕਿਰਤ ਵੀ ਕੀਤੀ, ਸਮਾਂ ਬਣਨਾ ਗੁਰਮੁਖ ਕੋ ਸੰਗਤ ਵੀ ਕਰਨੀ ਇਹਨੇ, ਅੰਮ੍ਰਿਤ ਵੇਲੇ ਸ਼ਬਦ ਦੀ ਕਮਾਈ ਵੀ ਕਰਨੀ, ਇਹ ਕਹਿੰਦੇ ਮੱਲ ਨੇ ਇਹਦਾ ਵੀ ਪਾਰ ਉਤਾਰਾ ਹੋਇਆ। ਭਰਤਪੁਰ ਤੋਂ ਜੇ ਜਗਨਾ ਕਸਾਈ ਆਇਆ,
ਬਾਲਾ ਪ੍ਰੀਤਮ ਦੀ ਸ਼ਰਨ ਵਿੱਚ ਸਤਿਗੁਰ ਨੇ ਉਹਨੂੰ ਵੀ ਸੋਝੀ ਦਿੱਤੀ, ਉਹਨੂੰ ਵੀ ਗੁਰੂ ਨਾਨਕ ਦੇ ਘਰ ਨਾਲ ਜੋੜਿਆ। ਜੇ ਰੋਪੜ ਤੋਂ ਨਾ ਰਾਜਾ ਰਾਮ ਸ਼ਾਹੂਕਰ ਆਇਆ, ਰੋਪੜ ਤੋਂ ਰਾਜਾ ਰਾਮ ਸ਼ਾਹੂਕਰ, ਸ਼ਾਹੂਕਰ ਸੀ ਬਹੁਤ ਵੱਡਾ। ਇਹ ਕੀ ਕਰਦਾ ਸੀ, ਜਦੋਂ ਵੀ ਘਰ ਧੀ ਜੰਮਦੀ ਸੀ ਨਾ, ਧੀ ਨੂੰ ਮਾਰ ਦਿੰਦਾ ਸੀ। ਜਦੋਂ ਵੀ ਘਰ ਧੀ ਜੰਮਣੀ, ਸੰਗਤਾਂ ਬੈਠੀਆਂ ਹੋਈਆਂ, ਦੀਵਾਨ ਲੱਗਾ, ਇਹ ਰਾਜਾ ਰਾਮ ਸ਼ਾਹੂਕਰ ਰੋਪੜ ਤੋਂ ਆਇਆ। ਇਹ ਜਦੋਂ ਆਇਆ ਸੰਗਤ ਵਿੱਚ, ਬਾਲਾ ਪ੍ਰੀਤਮ ਜੀ ਸਿੰਘਾਸਨ ਤੇ ਬੈਠੇ ਨੇ, ਆ ਕੇ ਨਮਸਕਾਰ ਕੀਤੀ। ਜਦੋਂ ਸਤਿਗੁਰ ਨੇ ਇਹਦੇ ਵੱਲ ਵੇਖਿਆ ਨਾ, ਇਹਦੇ ਵੱਲ ਵੇਖ ਕੇ ਮੇਰੇ ਗੁਰੂ ਜੀ ਪਤਾ ਕੀ ਕਹਿੰਦੇ, ਉਹ ਕਹਿੰਦੇ ਉਹ ਸ਼ਾਹੂਕਾਰ ਉਹ ਸੰਗਤ ਕੀ ਲੈਣ ਆਇਆ ਤੂੰ, ਸੰਗਤ ਵਿੱਚ ਕੀ ਲੈਣ ਆਇਆ ਤੂੰ, ਆਪਣੇ ਕੰਮਾਂ ਵੱਲ ਵੇਖ ਕਿੱਡੇ ਭੈੜੇ ਕੰਮ ਤੂੰ ਕਰਦਾ। ਮਹਾਰਾਜ ਮੈਂ ਕੀ ਕੀਤਾ, ਮੈਂ ਤਾਂ ਸੰਗਤ ਚ ਆਇਆ। ਕਹਿੰਦੇ ਐਡੇ ਐਡੇ ਵੱਡੇ ਗੁਨਾਹ ਕਰਕੇ, ਐਡੇ ਐਡੇ ਵੱਡੇ ਪਾਪ ਕਰਕੇ ਹੁਣ ਸੰਗਤ ਆਇਆ ਤੂੰ, ਤੂੰ ਤਾਂ ਸੰਗਤ ਚ ਆਉਣ ਦੇ ਲਾਇਕ ਵੀ ਨਹੀਂ। ਉਹ ਗੱਲ ਧਿਆਨ ਦਿਓ, ਕਿਉਂ ਆਖਿਆ ਮਹਾਰਾਜ ਨੇ, ਕਿਉਂ ਗੁਰਮੁਖੋ, ਜਦੋਂ ਵੀ ਇਹਦੇ ਘਰ ਧੀ ਜੰਮਦੀ ਸੀ ਨਾ, ਧੀ ਨੂੰ ਮਾਰ ਦਿੰਦਾ ਸੀ, ਕੁੜੀ ਨੂੰ ਮਾਰ ਦਿੰਦਾ ਸੀ। ਦੋ ਤਿੰਨ ਹਫ਼ਤੇ ਪਹਿਲਾਂ ਇਹਨੇ ਇਹਦੇ ਘਰ ਧੀ ਜੰਮੀ, ਉਹਨੂੰ ਮਾਰਿਆ ਸੀ, ਹੁਣ ਸੰਗਤ ਵਿੱਚ ਆਇਆ। ਤੇ ਮਹਾਰਾਜ ਕਹਿੰਦੇ ਉਹ ਸ਼ਾਹੂਕਾਰ ਤੂੰ ਗੁਰੂ ਨਾਨਕ ਦਾ ਇਹ ਸ਼ਬਦ ਸੁਣਿਆ ਨੀ, ਪੜ੍ਹਿਆ ਨੀ? ਮਹਾਰਾਜ ਕਿਹੜਾ? ਸਤਿਗੁਰ ਕਹਿੰਦੇ ਬਾਲਾ ਪ੍ਰੀਤਮ ਜੀ, ਜਿਹਨੂੰ ਵੀ ਸਤਿਗੁਰ ਦੇ ਗੁਰਮੁਖ ਤਾਰਨ ਆਉਂਦੇ ਸ਼ਬਦ ਦੇ ਨਾਲ ਹੀ, ਗੁਰਮੁਖ ਸ਼ਬਦ ਦਾ ਹੀ ਪ੍ਰਮਾਣ ਦਿਆ ਕਰਦੇ ਸਨ ਬਾਲਾ ਪ੍ਰੀਤਮ ਜੀ। ਮੇਰੇ ਸਤਿਗੁਰ ਕੀ ਕਹਿੰਦੇ, ਕਿਤੇ ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੇ ਰਾਜਾਨ। ਕਿਤੇ ਸ਼ਾਹੂਕਾਰ ਬਣਿਆ ਫਿਰਦਾ ਤੂੰ, ਕੁੜੀਆਂ ਨੂੰ ਮਾਰ ਕੇ ਸੰਗਤ ਚ ਆਉਣਾ, ਮੇਰੇ ਗੁਨਾਹ ਬਖਸ਼ੇ ਜਾਣ। ਕਹਿੰਦੇ ਗੁਰੂ ਨਾਨਕ ਜੀ ਦਾ ਇਹ ਸ਼ਬਦ ਹੈ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਚਰਨਾਂ ਤੇ ਡਿੱਗੇ ਮਹਾਰਾਜ ਮੇਰੀਆਂ ਭੁੱਲਾਂ ਬਖਸ਼ਿਓ। ਫਿਰ ਸਤਿਗੁਰੂ ਗਰੀਬ ਨਵਾਜ ਜੀ, ਬਾਲਾ ਪ੍ਰੀਤਮ ਜੀ ਮੈਨੂੰ ਬਖਸ਼ ਲਿਓ। ਇਹਨੂੰ ਸਤਿਗੁਰੂ ਜੀ ਕਹਿੰਦੇ ਸੰਗਤ ਚ ਪ੍ਰਣ ਕਰ ਕਿ ਅੱਜ ਤੋਂ ਬਾਅਦ ਇਹ ਪਾਪ ਨਹੀਂ ਕਰੇਗਾ। ਇਹਨੇ ਸੰਗਤ ਖਲੋ ਕੇ ਸਾਰੀ ਸੰਗਤ ਕੋਲੋਂ ਮਾਫ਼ੀ ਮੰਗੀ, ਮਹਾਰਾਜ ਅੱਜ ਤੋਂ ਬਾਅਦ ਇਹ ਗੁਨਾਹ ਨਹੀਂ ਕਰਾਂਗਾ, ਇਹ ਪਾਪ ਨਹੀਂ ਕਰਾਂਗਾ। ਸਤਿਗੁਰੂ ਕਹਿੰਦੇ ਹੁਣ ਸ਼ਬਦ ਦੀ ਕਮਾਈ ਕਰਨੀ ਹੈ, ਸੰਗਤ ਕਰਿਆ ਕਰ, ਅੱਜ ਤੋਂ ਬਾਅਦ ਇਹੋ ਜਿਹਾ ਪਾਪ ਨਹੀਂ ਕਰਨਾ। ਸਤਿਵਚਨ ਮਹਾਰਾਜ ਇਹ ਵੀ ਸਤਿਗੁਰੂ ਕੋਲ ਖੁਸ਼ੀਆਂ ਲੈ ਕੇ ਗੁਰਮੁਖ ਨੂੰ ਆਪਣੇ ਘਰ ਗਿਆ। ਕਈ ਪੀਰ ਫਕੀਰ ਸਤਿਗੁਰੂ ਕੋਲ ਆਏ, ਇੱਥੋਂ ਤੱਕ ਸਿੱਧਾਂ ਨੂੰ ਪਤਾ ਲੱਗਾ, ਸਿੱਧਾਂ ਨੂੰ ਕਿ 5.25 ਸਾਲ ਦੀ ਉਮਰ 'ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਨੇ, ਰੇਬਾ ਨਾਥ ਸਿੱਧ ਹੋਇਆ, ਰੇਬਾ ਨਾਥ ਸਿੱਧ। ਉਹ ਆਪਣੀ ਸਿੱਧ ਮੰਡਲੀ ਦੇ ਨਾਲ, ਸੰਤਾਂ ਦੀ ਮੰਡਲੀ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਆਇਆ। ਜਦੋਂ ਆ ਕੇ ਵੇਖਿਆ, ਇਹ ਤਾਂ ਬਚਪਨ ਦੀ ਉਮਰ ਤੇ ਕਹਿੰਦੇ ਅੰਦਰ ਹੰਕਾਰ ਸੀ। ਸਤਿਗੁਰ ਨੂੰ ਕਈ ਸਵਾਲ ਕੀਤੇ, ਸਤਿਗੁਰ ਨੇ ਜਦੋਂ ਜਵਾਬ ਦਿੱਤੇ ਨਾ ਗੁਰਮੁਖੋ, ਇਹ ਵੀ ਸਤਿਗੁਰ ਦੇ ਚਰਨਾਂ ਨੂੰ ਢਹਿ ਪਿਆ। ਕੇਵਲ ਸੰਖੇਪ ਦੇ ਵਿੱਚ ਕਹਿੰਦਾ, ਵਾਕਈ ਉਹੋ ਹੀ ਜੋਤ ਹੈ, ਮੈਂ ਤਾਂ ਸਮਝਿਆ ਸੀ ਇਹ ਬਚਪਨ ਦੀ ਉਮਰ ਹੈ, ਇਹ ਕਿਵੇਂ ਗੁਰੂ ਬਣ ਗਏ, ਮੇਰੇ ਮਨ 'ਚ ਤਰਕ ਆ ਗਈ ਸੀ, ਪਰ ਸਤਿਗੁਰ ਤੁਹਾਡੀ ਸ਼ਰਨ ਵਿੱਚ ਆ ਕੇ ਵੇਖ ਲਿਆ, ਉਹ ਗੁਰੂ ਨਾਨਕ ਦੀ ਜੋਤ ਹੈ, ਇਹ ਵੀ ਚਰਨਾਂ ਤੇ ਡਿੱਗਿਆ। ਅਨੇਕਾਂ ਹੀ ਗੁਰਮੁਖੋ ਸਤਿਗੁਰ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਦੇ ਮਨ 'ਚ ਤਰਕ ਸੀ ਨਾ, ਕਈ ਵਾਰ ਤਰਕ ਬਹੁਤ ਜਲਦੀ ਆ ਜਾਂਦੀ ਹੈ। ਐਡੀ ਛੋਟੀ ਉਮਰ 'ਚ ਗੁਰੂ ਕਿਵੇਂ ਬਣ ਗਏ? ਸਿੱਖ ਪੰਥ ਤਰਕੀਆਂ ਦਾ ਪੰਥ ਨਹੀਂ ਗੁਰਮੁਖੋ, ਵਿਵੇਕੀਆਂ ਦਾ ਪੰਥ ਹੈ। ਇੱਥੇ ਅਰਦਾਸ ਦੇ ਵਿੱਚ ਵੀ ਵਿਵੇਕ ਮੰਗਿਆ ਜਾਂਦਾ ਹੈ, ਸ਼ਬਦ ਰਾਹੀਂ ਵੀ ਵਿਵੇਕ ਮੰਗਿਆ ਜਾਂਦਾ ਹੈ। ਪੜ੍ਹਦੇ ਨੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਵੇਕ ਮੰਗਿਆ ਜਾਂਦਾ ਹੈ। ਵਿਵੇਕ ਬੁੱਧ ਸਤਿਗੁਰ ਦੇ ਪਾਈ, ਹਾਰ ਪੜਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ, ਵਿਵੇਕ ਮੰਗਿਆ ਜਾਂਦਾ ਹੈ।
ਅਨੇਕਾਂ ਸਤਿਗੁਰ ਦੀ ਸ਼ਰਨ ਵਿੱਚ ਸੰਗਤਾਂ ਨੇ ਆਉਣਾ, ਖੁਸ਼ੀਆਂ ਲੈ ਲੈ ਕੇ ਜਾਣਾ। ਇੱਧਰ ਔਰੰਗਜ਼ੇਬ ਨੇ ਜਦੋਂ ਸੁਨੇਹਾ ਭੇਜਿਆ ਜੀ ਦਿੱਲੀ ਆ ਕੇ ਸੰਗਤਾਂ ਨੂੰ ਦਰਸ਼ਨ ਦਿਓ, ਮਿਰਜ਼ਾ ਰਾਜਾ ਜੈ ਸਿੰਘ ਨੇ ਨਾਲ, ਫਿਰ ਸਤਿਗੁਰ ਜੀ ਦਿੱਲੀ ਨੂੰ ਜਾਲੇ ਪਾਏ, ਕਹਿੰਦੇ ਦਿੱਲੀ ਜਾਵਾਂਗੇ ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਕਿਉਂ? ਪਿਤਾ ਜੀ ਨੇ ਆਖਿਆ ਸੀ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਸੰਗਤਾਂ ਨੂੰ ਤਾਰਦਿਆਂ ਤਾਰਦਿਆਂ ਸਤਿਗੁਰੂ ਪੰਜੋਖੜਾ ਸਾਹਿਬ ਪਹੁੰਚੇ, ਦਾਸ ਵਾਪਸੀ ਕਰੇਗੀ ਉਹਨਾਂ। ਉੱਥੇ ਸੰਗਤਾਂ ਦਾ ਬਹੁਤ ਇਕੱਠ, ਕੋਈ ਸੰਗਤਾਂ ਉਹ ਇਲਾਕਿਆਂ ਚੋਂ, ਕੁਝ ਸੰਗਤਾਂ ਪਿੱਛੇ ਪਿੱਛੇ ਕੀਰਤਪੁਰ ਸਾਹਿਬ ਤੋਂ ਸਤਿਗੁਰ ਦੇ ਪਿੱਛੇ ਪਹੁੰਚ ਗਈਆਂ, ਦੀਵਾਨ ਲੱਗਿਆ ਹੋਇਆ ਉਹਨਾਂ। ਪੰਡਿਤ ਲਾਲ ਚੰਦ ਇੱਕ ਸਿੱਖ ਨੂੰ ਪੁੱਛਦਾ, ਕਹਿੰਦਾ ਬੜਾ ਇਕੱਠ ਹੈ, ਇਹ ਕੌਣ ਆਇਆ ਇੱਥੇ? ਕਹਿੰਦੇ ਗੁਰੂ ਨਾਨਕ ਦੀ ਅੱਠਵੀਂ ਜੋਤ। ਕਹਿੰਦੇ ਨਾਮ ਕੀ ਹੈ? ਕਹਿੰਦੇ ਨਾਮ ਹੈ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸਾਰੇ ਬੜੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਉਹ ਅੱਗੇ ਹੋਇਆ, ਸਤਿਗੁਰੂ ਵੱਲ ਜਦੋਂ ਵੇਖਿਆ ਕਹਿੰਦਾ ਇਹ ਤਾਂ ਬੜੀ ਛੋਟੀ ਉਮਰ ਦੇ ਨੇ, ਬਚਪਨ ਦੀ ਉਮਰ ਦੇ ਨੇ, ਇਹ ਗੁਰੂ ਕਿਵੇਂ ਬਣ ਗਏ? ਤੁਹਾਨੂੰ ਪਤਾ ਪੰਡਿਤ ਲੋਕ ਬਹੁਤ ਚਲਾਕ ਹੁੰਦੇ ਨੇ, ਬ੍ਰਾਹਮਣ ਬਹੁਤ ਚਲਾਕ ਹੁੰਦੇ ਨੇ। ਉਹਦੇ ਮਨ ਚ ਸ਼ਰਾਰਤ ਸੁੱਜੀ, ਕਹਿੰਦਾ ਸਤਿਗੁਰੂ ਜੀ ਤੁਸੀਂ ਵਾਕਿਆ ਗੁਰੂ ਨਾਨਕ ਦੀ ਜੋਤ ਹੋ, ਦੁਆਪਰ ਦੇ ਅਵਤਾਰ ਹੋਏ ਨੇ ਕ੍ਰਿਸ਼ਨ ਜੀ, ਤੁਸੀਂ ਉਹ ਹਰਿਕ੍ਰਿਸ਼ਨ ਜੀ, ਨਾਮ ਤੁਹਾਡਾ ਉਹਨਾਂ ਤੋਂ ਵੱਡਾ ਹੈ। ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਹੋਏ, ਉਹਨਾਂ ਨੇ ਗੀਤਾ ਲਿਖੀ ਸੀ, ਗੀਤਾ ਉਚਾਰਨ ਕੀਤੀ ਸੀ, ਤੁਸੀਂ ਗੀਤਾ ਦੇ ਅਰਥ ਕਰਦੇ ਹੋ। ਤਾਂ ਮਹਾਰਾਜ ਮੁਸਕਰਾ ਪਏ, ਬਾਲਾ ਬੀਤਮ ਜੀ ਕਹਿੰਦੇ ਪੰਡਿਤ ਪੰਡਿਤ ਲਾਲ ਚੰਦ, ਜੇ ਅਸੀਂ ਗੀਤਾ ਦੇ ਅਰਥ ਕੀਤੇ, ਹੋ ਸਕਦਾ ਤੇਰੇ ਮਨ ਚ ਸ਼ੰਕਾ ਆ ਜਾਵੇ, ਗੁਰੂ ਨਾਨਕ ਦੀ ਜੋਤ ਹੈ, ਅਰਥ ਪੜੇ ਹੋਣਗੇ, ਜਾਂ ਆਪਣੀ ਮਰਜ਼ੀ ਦਾ ਬੰਦਾ ਲੈ ਵਾ। ਗਿਆਨ ਨਗਰ ਦੇ ਵਿੱਚ ਕਿਹਨੂੰ ਲੈ ਗਿਆ? ਛੱਜੂ ਚੀਵਰ ਨੂੰ। ਸਤਿਗੁਰੂ ਕਹਿੰਦੇ ਇਹਨੂੰ ਇਸ਼ਨਾਨ ਪਾਣੀ ਕਰਾ ਕੇ, ਸੋਹਣੇ ਕੱਪੜੇ ਪਵਾ ਕੇ ਸੰਗਤ ਲੈ ਆਓ ਜੀ। ਸਿੱਖ ਗਏ ਜੀ, ਇਸ਼ਨਾਨ ਕਰਾਇਆ, ਨਵੇਂ ਵਸਤਰ ਪਵਾਏ, ਬੜਾ ਕੁਛ ਹੈ। ਛੱਜੂ ਚੀਵਰ ਪਹਿਲੀ ਵਾਰ ਨਵੇਂ ਵਸਤਰ ਪਾਏ ਸਨ, ਮਾਛੀ ਸੀ ਗੁਰਮੁਖੋ, ਪਾਣੀ ਸਪਲਾਈ ਕਰਦਾ ਸੀ, ਗਰੀਬ ਸੀ ਲੋਕਾਂ ਦੇ ਘਰਾਂ ਦੇ ਵਿੱਚ, ਨਵੇਂ ਵਸਤਰ ਪਾਏ, ਬੜਾ ਖੁਸ਼ ਹੋਇਆ, ਸੰਗਤ ਆਇਆ ਬੈਠਾ। ਗੁਰੂ ਜੀ ਕਹਿੰਦੇ, ਬਾਲਾ ਪ੍ਰੀਤਮ ਜੀ ਕਹਿੰਦੇ, ਹਾਂ ਲਾਲ ਚੰਦ ਪੁੱਛ ਅਰਥ। ਇੱਧਰ ਸਤਿਗੁਰ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਹ ਫੁੱਲਾਂ ਵਾਲੀ ਛੜੀ ਇਹਦੇ ਸਿਰ 'ਤੇ ਰੱਖ ਦਿੱਤੀ। ਜਦੋਂ ਛੜੀ ਛੱਜੂ ਝੀਵਰ ਦੇ ਸਿਰ 'ਤੇ ਰੱਖੀ, ਜਿਵੇਂ ਅੰਦਰ ਗੁਰਮੁਖੋ ਗਿਆਨ ਹੋ ਜਾਂਦਾ ਹੈ, ਉਹ ਬਖਸ਼ਿਸ਼ ਹੋ ਗਈ ਅੰਦਰ, ਜਿਵੇਂ ਚੰਦ ਨਹੀਂ ਚਾਨਣੇ ਇਹਦੇ ਅੰਦਰ ਹੋ ਗਿਆ। ਇੱਧਰ ਲਾਲ ਚੰਦ ਹੁਣ ਗੀਤਾ ਬੋਲਦਾ, ਗੀਤਾ ਦੇ ਸਲੋਕ ਬੋਲਦਾ। ਇਤਿਹਾਸਕਾਰ ਕਹਿੰਦੇ 72 ਸਲੋਕਾਂ ਤੋਂ ਇਹਨੇ 10 ਸਲੋਕ ਬੋਲੇ ਛੱਜੂ ਝੀਵਰ ਨੇ, ਉਹ ਅਰਥ ਕੀਤੇ ਜਿਹੜੇ ਇਹਨੇ ਅੱਜ ਤੱਕ ਕਦੀ ਸੁਣੇ ਨਹੀਂ ਸਨ। ਅਖੀਰ ਢਹਿ ਕੇ ਚਰਨਾਂ ਦੇ ਡਿੱਗ ਪਿਆ, ਮਹਾਰਾਜ ਮੈਨੂੰ ਆਪਣੀ ਵਿਦਵਤਾ ਦਾ ਹੰਕਾਰ ਸੀ, ਮੈਨੂੰ ਆਪਣੇ ਕਿਤਾਬਾਂ ਦਾ ਹੰਕਾਰ ਸੀ, ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ ਨੇ, ਸਤਿਗੁਰ ਮੇਰੀਆਂ ਭੁੱਲਾਂ ਬਖਸ਼ ਲਓ। ਮਹਾਰਾਜ ਕਹਿੰਦੇ ਇੱਕ ਤੈਨੂੰ ਜਾਤ ਦਾ ਅਭਿਮਾਨ ਹੈ, ਤੂੰ ਬ੍ਰਾਹਮਣ ਹੈ, ਪੰਡਿਤ ਹੈ, ਇੱਕ ਤੈਨੂੰ ਆਪਣੀ ਵਿਦਿਆ ਦਾ ਹੰਕਾਰ ਹੈ। ਉਹ ਲਾਲ ਚੰਦ ਇਹ ਦੋ ਹੰਕਾਰ ਛੱਡ ਦੇ, ਪਰਮੇਸ਼ਰ ਤੇਰੇ ਕੋਲ ਹੈ, ਇਹ ਹੰਕਾਰ ਕਰਕੇ ਹੀ ਤੇਰੀ ਉਸ ਅਕਾਲ ਪੁਰਖ ਪਰਮੇਸ਼ਰ ਨਾਲੋਂ ਵਿੱਥ ਬਣੀ ਹੋਈ ਹੈ। ਤੂੰ ਬਹੁਤ ਵੱਡਾ ਗਿਆਨੀ ਹੈ ਪਰ ਤੈਨੂੰ ਆਪਣੇ ਗਿਆਨ ਦਾ ਹੰਕਾਰ ਹੈ, ਤੂੰ ਪੰਡਿਤ ਹੈ, ਤੈਨੂੰ ਆਪਣੀ ਵਿਦਵਤਾ ਦਾ ਹੰਕਾਰ ਹੈ, ਇੱਕ ਤੈਨੂੰ ਇਹ ਹੰਕਾਰ ਕਿ ਮੈਂ ਜਾਤ ਹੈ, ਮੇਰੀ ਪੰਡਿਤ ਬ੍ਰਾਹਮਣ ਜਾਤ ਹੈ, ਇਹ ਹੰਕਾਰ ਛੱਡ ਦੇ, ਚਰਨਾਂ 'ਤੇ ਡਿੱਗਿਆ। ਵੇਖੋ ਗੁਰੂ ਜੀ ਨੇ ਕੀ ਬਖਸ਼ਿਸ਼ ਕੀਤੀ। ਫਿਰ ਛੱਜੂ ਜੀ ਨੂੰ ਆਖਿਆ ਜਗਨਨਾਥ ਪੁਰੀ ਚਲੇ ਜਾਓ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਟੁੱਟਿਆਂ ਨੂੰ ਗੁਰੂ ਘਰ ਨਾਲ ਜੋੜੋ। ਇੱਧਰ ਪੰਡਿਤ ਵੀ ਚਰਨਾਂ 'ਤੇ ਡਿੱਗਿਆ, ਜਦੋਂ ਪੰਡਿਤ ਨੂੰ ਮਹਾਰਾਜ ਆਖਿਆ ਅੱਜ ਤੋਂ ਬਾਅਦ ਨਿਮਰਤਾ ਦੇ ਵਿੱਚ ਜੀਵਨ ਬਤੀਤ ਕਰਨਾ ਹੈ, ਸਮਾਂ ਆਵੇਗਾ ਤੁਹਾਡੇ ਕੋਲ ਸੇਵਾ ਲਵਾਂਗੇ। ਇੱਥੇ ਸਿੱਖ ਵਿਦਵਾਨ ਫਿਰ ਲਿਖਦੇ ਨੇ, ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਇਹ ਪੰਡਿਤ ਲਾਲ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਅੰਮ੍ਰਿਤ ਛਕ ਕੇ ਲਾਲ ਸਿੰਘ ਬਣਿਆ, ਅਤੇ ਸਤਿਗੁਰ ਦੇ ਵੱਲੋਂ ਮੁਗਲਾਂ ਨਾਲ ਜੂਝਦਿਆਂ ਹੋਇਆਂ ਗੁਰਮੁਖੋ ਸ਼ਹੀਦੀ ਪ੍ਰਾਪਤ ਕੀਤੀ ਇਹਨੇ। ਅਤੇ ਇਹ ਜਦੋਂ ਫਿਰ ਸਤਿਗੁਰ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਪੰਜ ਪਿਆਰੇ ਆਏ,
ਜੋ ਭਾਈ ਹਿੰਮਤ ਸਿੰਘ ਜੀ ਗੁਰਮੁਖ ਪੰਜਾਂ ਪਿਆਰਿਆਂ ਵਿੱਚੋਂ, ਇਹ ਛੱਜੂ ਝੀਵਰ ਦੀ ਕੁੱਲ ਵਿੱਚੋਂ, ਉਹਦੇ ਪਰਿਵਾਰ ਵਿੱਚੋਂ। ਵੇਖ ਲਓ ਸਤਿਗੁਰ ਨੇ ਕਿੱਡੀਆਂ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਸਤਿਗੁਰ ਦਿੱਲੀ ਪਹੁੰਚਿਆ ਜੀ ਹੁਣ ਸਮਾਪਤੀ, ਉੱਥੇ ਜਦੋਂ ਚੇਚਕ ਦੀ ਬਿਮਾਰੀ, ਗੁਰਮੁਖੋ ਸਤਿਗੁਰ ਦਿਨ ਰਾਤ ਫਿਰ ਰੋਗੀਆਂ ਦੇ ਰੋਗ ਦੂਰ ਕਰਦੇ ਪਏ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਪਏ ਨੇ, ਬਹੁਤ ਬਿਮਾਰੀ ਉੱਥੇ ਫੈਲੀ ਹੋਈ। ਔਰੰਗਜ਼ੇਬ ਵੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਇਆ, ਅੱਧੀ ਘੜੀ ਪੜ ਖੜਾ ਰਿਹਾ, ਮਹਾਰਾਜ ਅੱਗੇ ਦਰਸ਼ਨ ਨਹੀਂ ਦੇਣੇ। ਪਿਤਾ ਜੀ ਨੇ ਆਖਿਆ ਸੀ ਨੈ ਮਲੇਸ਼ ਨੂੰ ਦਰਸ਼ਨ ਦੇ ਹੈ। ਕਰਦਿਆਂ ਕਰਦਿਆਂ ਜਿਹੜਾ ਵੀ ਸਤਿਗੁਰ ਨੂੰ ਵੇਖਦਾ ਸੀ, ਦਰਸ਼ਨ ਕਰਦਾ ਸੀ, ਅੰਦਰ ਠੰਡ ਪੈਂਦੀ ਸੀ, ਨਾਮ ਵੀ ਹੋ ਗਿਆ। ਪਿਤਾ ਜੀ ਕਹਿੰਦੇ ਨਾ, ਸ਼੍ਰੀ ਹਰਿਕ੍ਰਿਸ਼ਨ ਧਿਆਈਏ ਜਿੱਥੇ ਸਭ ਦੁੱਖ ਜਾਏ। ਸਤਿਗੁਰ ਦੇ ਸਰੀਰ ਤੇ ਵੀ ਉਹ ਚੇਚਕ ਦੀ ਬਿਮਾਰੀ, ਇਹ ਕਹਿ ਲਓ ਸੰਸਾਰ ਦਾ ਕਸ਼ਟ ਸਤਿਗੁਰ ਨੇ ਆਪਣੇ ਸਰੀਰ ਤੇ ਲੈ ਲਿਆ, ਸਾਰੇ ਸੰਸਾਰ ਦਾ ਕਸ਼ਟ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਾ ਆਪਣੀ ਭਗਵਤੀ ਕੀ ਵਾਰ ਦੇ ਵਿੱਚ, ਆਓ ਇਹ ਪੜ੍ਹ ਕੇ ਵੀ ਸਮਾਪਤੀ ਕਰੀਏ ਜੀ। ਜਿਹੜਾ ਵੀ ਸਤਿਗੁਰ ਦੇ ਦਰਸ਼ਨ ਕਰਦਾ ਸੀ, ਅੰਦਰ ਠੰਡ ਪੈਂਦੀ ਸੀ, ਅਨੇਕਾਂ ਹੀ ਰੋਗੀਆਂ ਦੇ ਰੋਗ ਦੂਰ ਕੀਤੇ, ਦੁਖੀਆਂ ਦੇ ਦੁੱਖ ਦੂਰ ਕੀਤੇ, ਗੁਰਮੁਖੋ ਇਹ ਪੜ੍ਹ ਕੇ ਸਮਾਪਤੀ ਕਰੀਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਦਿੱਲੀ ਵਿਖੇ ਵੀ ਸਤਿਗੁਰੂ ਜੀ ਨੇ ਮੁੱਖ ਉੱਥੇ ਹੀ ਸਤਿਗੁਰੂ ਕਹਿੰਦੇ ਹੁਣ ਸੰਗਤਾਂ ਨੂੰ ਸਾਡਾ ਅਖੀਲਾ ਸਮਾਂ ਹੈ, ਤਾਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਕਿਹੜੇ ਲੜਨ ਲੱਗ ਕੇ ਚੱਲੇ ਹੋਣ। ਉੱਥੇ ਵੀ ਸਤਿਗੁਰੂ ਨੇ ਇਹ ਉਚਾਰਨ ਕੀਤਾ, ਬਾਬਾ ਵਸੇ ਗ੍ਰਾਮ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਇਹ ਕਹਿ ਕੇ ਸਤਿਗੁਰ ਨੇ ਸਰੀਰ ਤਿਆਗ ਦਿੱਤਾ, ਜੋ ਭਾਵ ਜੋਤੀ ਜੋ ਸਮਾ ਗਏ। ਇਸ਼ਾਰਾ ਗੁਰੂ ਤੇਗ ਬਹਾਦਰ ਵਾਲ ਜੀ ਕਰ ਗਏ, ਆਓ ਸਤਿਗੁਰ ਕਿਰਪਾ ਕਰਨ, ਸਤਿਗੁਰ ਬਖਸ਼ਿਸ਼ ਕਰਨ। ਗੁਰਮੁਖੋ ਉਹ ਬਾਲਾ ਪ੍ਰੀਤਮ ਜੀ, ਧੰਨ ਧੰਨ ਗੁਰੂ ਹਰਿਕ੍ਰਿਸ਼ਨ।